ਘਟੀਆ ਬਣਾਉਣਾ ਤੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਟੌਪ ਦੀ ਕਰਨੀ ਉਹਦੇ ਵਾਸਤੇ ਕੀ ਕਰ ਰਹੇ ਉਹ ਮੈਂ ਵੇਖੋ ਮੇਰੀ ਗੱਲ ਤਾਂ ਪਹਿਲਾਂ ਉੱਥੇ ਤੱਕ ਪਹੁੰਚ ਰਿਹਾ ਮੈਂ ਅੱਛਾ ਇੱਕ ਮੈਂ ਇੱਕ ਪਹਿਲੇ ਕੀ ਆਪਣੇ ਹੁਣ ਪੰਜ ਪੰਜ ਚਾਰ ਚਾਰ ਕਮਰੇ ਦੇ ਸਕੂਲ ਹੈ ਦੋ ਟੀਚਰ ਹੈ ਹੁਣ ਦੋ ਟੀਚਰ ਤਿੰਨ ਟੀਚਰ ਹੈ ਪੰਜਾਬੀ ਦਾ ਟੀਚਰ ਸਾਇੰਸ ਕਿਵੇਂ ਪੜ੍ਹਾ ਦੂ ਐਵੇਂ ਬਿਠਾ ਲਿਆ ਪਰ ਜਿਹੜੇ ਹੁਣ ਅਸੀਂ ਮੈਂ ਕੀ ਕਰ ਲਿਆ ਸੋਚਿਆ ਤਾਂ ਇਲਾਜ ਹਰ 25,000 ਆਬਾਦੀ 'ਚ ਮੇਰਾ ਮਤਲਬ ਜਿਵੇਂ 10 ਪਿੰਡਾਂ 'ਚ 25,000 ਹੁੰਦੀ ਹੈ ਉਹ 10 ਪਿੰਡਾਂ ਦਾ ਇੱਕ 5,000 ਬੱਚੇ ਦਾ ਵੱਡਾ ਸਕੂਲ ਜਿੱਥੇ ਟੀਚਰ ਦਾ ਮਕਾਨ ਵੀ ਉਹਦੇ ਵਿੱਚ ਤੇ 50 ਬੱਚਿਆਂ ਮਗਰ ਇੱਕ ਟੀਚਰ ਮੀਨ 100 ਟੀਚਰ ਉੱਥੇ ਹੋਣਗੇ 5,000 ਵੱਡੇ ਦਾ ਵੱਡਾ ਸਕੂਲ ਉਹਦੇ ਨਾਲ ਕੀ ਹੋਣਾ ਪੂਰੀ ਪੜ੍ਹਾਈ ਹੋਊਗੀ ਜਿਵੇਂ ਤਾਂ ਆਪਣੇ ਹਲਕੇ 'ਚ ਮਿਲਾ ਤੁਹਾਡੇ ਮਿਲਾ ਦਾ 2.5 ਲੱਖ ਆਬਾਦੀ ਹੈ ਕਿ ਨਹੀਂ ਪੌਣੇ ਨਹੀਂ ਉਹ ਵੋਟਾਂ ਹੈ ਆਬਾਦੀ ਹੋਣੀ 3 ਲੱਖ ਹੋਣੀ ਹੈ ਇਹਦਾ ਮਤਲਬ 12 ਸਕੂਲ ਫਾਜ਼ਿਲਕਾ ਹਲਕੇ 'ਚ ਬਣ ਜਾਣਗੇ 12 ਦਿਨਾਂ ਲੰਬੀ ਆਪਣੇ ਇੱਥੇ ਜਲਾਲਾਬਾਦ ਬਣ ਜਾਏ ਉਵੇਂ ਅਬੋਹਰ ਬਣ ਜਾਣਗੇ ਹੁਣ ਜਿਹੜੇ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚੇ ਹੈ ਅਸੀਂ ਫੈਸਲਾ ਕਰ ਲਿਆ ਕਿ ਜਿੰਨੇ ਕਾਲਜ ਹੈ ਪੰਜਾਬ ਦੇ ਭਾਵੇਂ ਪ੍ਰਾਈਵੇਟ ਹੈ ਸਰਕਾਰੀ ਹੈ ਉਹਦੇ 33% ਸੀਟਾਂ ਸਰਕਾਰੀ ਸਕੂਲ ਦੇ ਪੜ੍ਹੇ ਵਾਸਤੇ ਰਿਜ਼ਰਵ ਕੀਤੀ ਪੜ੍ਹਾਈ ਵੀ ਪੰਜਾਬ ਸਰਕਾਰ ਖਰਚਾ ਦੇਗੀ ਪ੍ਰਾਈਵੇਟ ਸਕੂਲਾਂ 'ਚ ਮੈਂ ਚਾਹੁੰਦਾ ਅਗਲੀ ਵਾਰ ਕਿ ਗਰੀਬ ਬੱਚਾ ਡਾਕਟਰ ਬਣ ਸਕੇ ਇੰਜੀਨੀਅਰ ਬਣ ਸਕੇ ਜਿਹੜਾ ਅੱਜ ਤੱਕ ਨਹੀਂ ਬਣ ਸਕਿਆ ਅੱਜ ਮੇਰੇ ਕੋਲ ਬਹੁਤ ਲੋਕ ਆਉਂਦੇ ਗਰੀਬ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਾ ਲੈਂਦੇ ਪਰ 8ਵੀਂ 10ਵੀਂ ਦੇ ਬਾਅਦ ਅੱਗੇ ਜਾ ਨਹੀਂ ਸਕਦੇ ਕਿਉਂਕਿ ਭਾਈ ਯੂਨੀਵਰਸਿਟੀਆਂ ਕਾਲਜ ਕੋਈ 1 ਲੱਖ ਰੁਪਏ ਮੰਗਦਾ ਕੋਈ 50,000 ਮੰਗਦਾ ਕੋਈ 2 ਲੱਖ ਮੰਗਦਾ ਇੱਕ ਕਈ ਬੱਚੇ ਆਪਣੇ ਬਾਹਰਲੇ ਮੁਲਕ ਜਾ ਕੇ ਪੜ੍ਹਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਅਸੀਂ ਇੱਕ ਸਟੂਡੈਂਟ ਕਾਰਡ ਸਕੀਮ ਲਿਆਂਦੀ ਹੈ ਕਿ 10 ਲੱਖ ਰੁਪਏ ਤੱਕ ਕਿਸੇ ਮਰਜ਼ੀ ਯੂਨੀਵਰਸਿਟੀ ਦੁਨੀਆ 'ਚ ਤੁਸੀਂ ਐਡਮਿਸ਼ਨ ਲੈ ਲਓ ਅਤੇ ਉਹਦੀ ਚਿੱਠੀ ਲਿਆ ਦਿਓ ਉਸ ਯੂਨੀਵਰਸਿਟੀ ਨੂੰ ਅਸੀਂ ਸਿੱਧਾ 10 ਲੱਖ ਦੇ ਦਾਂਗੇ ਉਹਨੂੰ ਐਂ ਨਹੀਂ ਕਿ ਸੈਰ ਸਪਾਟੇ ਵਾਸਤੇ ਜਾਣਾ ਤਾਂ 10 ਲੱਖ ਮੰਗ ਲਓਗੇ ਉਹ ਨਹੀਂ ਪੜ੍ਹਾਈ ਵਾਸਤੇ ਉਹਦੀ ਕੋਈ ਗਰੰਟੀ ਨਹੀਂ ਉਹਦਾ ਕੋਈ ਵਿਆਜ ਨਹੀਂ ਪੰਜਾਬ ਸਰਕਾਰ ਚੱਕੂ ਖਰਚਾ ਜਦੋਂ ਨੌਕਰੀ ਮਿਲ ਜੂਗੀ ਪੜ੍ਹ ਕੇ ਨੌਕਰੀ ਮਿਲ ਜੂਗੀ 15 ਸਾਲ 'ਚ ਲਾ ਦੂਗਾ ਮੇਰਾ ਮਤਲਬ ਕੀ ਹੈ ਕਿ ਬੱਚੇ ਆਪਣੇ ਪੈਰਾਂ 'ਤੇ ਖੜੇ ਹੋਣ ਅੱਛਾ ਬਹੁਤ ਬੱਚੇ ਆਪਣਾ ਕੰਮ ਕਰਨਾ ਚਾਹੁੰਦੇ ਹੈ ਜਿਵੇਂ ਕੋਈ ਲੜਕੀ ਕੋਈ ਸਟਿਚਿੰਗ ਦਾ ਸਿਲਾਈ ਦਾ ਕੰਮ ਕਰਨਾ ਚਾਹੁੰਦੀ ਦੁਕਾਨ ਖੋਲ੍ਹਣਾ ਚਾਹੁੰਦੀ ਹੈ ਕੋਈ ਬਿਊਟੀ ਪਾਰਲਰ ਦਾ ਹੈ ਕੋਈ ਆਪਣਾ ਦੁਕਾਨ ਕੋਈ ਮਕੈਨਿਕ ਦੀ ਦੁਕਾਨ ਕਰਨਾ ਚਾਹੁੰਦਾ ਬੰਦਾ ਲੱਖ ਚਾਹੀਦਾ 2 ਲੱਖ ਰੁਪਏ 3 ਲੱਖ ਪਰ ਪੈਸਾ ਨਹੀਂ ਹੁੰਦਾ ਗਰੀਬ ਬੱਚੇ ਕੋਲ ਆਪਣੇ ਪੈਰਾਂ 'ਤੇ ਖੜੇ ਹੋਣ ਵਾਸਤੇ ਉਹਨਾਂ ਵਾਸਤੇ ਪੰਜਾਬ ਕੋਆਪਰੇਟਿਵ ਬੈਂਕ ਤੋਂ ਅਸੀਂ 5 ਲੱਖ ਰੁਪਏ ਦਾ ਲੋਨ ਉਹ ਅਸੀਂ ਸੈਂਕਸ਼ਨ ਕਰਾਂਗੇ ਜਿਹੜੇ ਜਿਹੜੇ ਬੱਚੇ ਆਪਣੀ ਕੁਛ ਕਰਨਾ ਚਾਹੁੰਦੇ ਹੋਣ ਉਹਦਾ ਕੋਈ ਵਿਆਜ ਨਹੀਂ ਹੋਊ